ਦਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਸਵਾਗਤ ਹੈ ਜੀ ਤੌਰ 'ਤੇ ਜਿਹੜੀ ਅਸੀਂ ਈਮੇਲ ਪੜਨ ਜਾ ਰਹੇ ਹਾਂ ਉਹ ਆਈ ਹੈ ਚੰਡੀਗੜ੍ਹ ਤੋਂ ਪੈਨ ਸੁਖਮਨ ਕੋਰ ਜੀ ਦੀ ਇਹਨਾਂ ਨੇ ਐਸਵਾਈਐਲ ਬਾਰੇ ਵਿਚਾਰ ਦਿੱਤੇ ਹਨ ਇਹ ਲਿਖਦੇ ਹਨ ਐਸਵਾਈਐਲ ਬਾਰੇ ਕੋਈ ਸਾਰਥਕ ਗੱਲ ਕਰਨ ਦੀ ਥਾਂ ਸਿਰਫ ਸਿਆਸਤ ਚੱਲ ਰਹੀ ਹੈ ਮੈਂ ਇਸ ਨੂੰ ਅੱਕ ਚੁੱਕੀ ਹਾਂ ਕੀ ਹੁਣ ਇਸ ਮਸਲੇ ਨੂੰ ਫਿਰਕੂ ਮਸਲਾ ਬਣਾਇਆ ਜਾਵੇਗਾ ਬੀਤੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਾਵਾਂ ਨੂੰ ਅਖਬਾਰਾਂ ਅਤੇ ਅਕਾਲੀਆਂ ਦੋਵਾਂ ਨੇ ਫਿਰਕੂ ਰੰਗਤ ਦਿੱਤੀ ਅਕਾਲੀਆਂ ਨੇ ਸਤਿਪਾਵਨਾ ਰੈਲੀਆਂ ਹੇਟ ਸਿੱਖਾਂ ਨੂੰ ਪੀਟ ਹੋਣ ਦਾ ਹੌਕਾ ਦੇ ਕੇ ਢਕਾਇਆ ਫਿਰ ਕਾਂਗਰਸ ਅਤੇ ਅਕਾਲੀਆਂ ਦੀ ਕੇਜਰੀਵਾਲ ਉੱਪਰ ਪੋਸਟਰ ਜੰਗ 1984 ਸਮੇਂ ਵੀ ਪਾਣੀਆਂ ਦੇ ਮਸਲੇ ਨੂੰ ਬੇਕੂਫ ਨਾ ਸਮਝ ਪ੍ਰੇਸ਼ਟਾ ਤੇ ਜਜ਼ਬਾਤੀ ਸਿੱਖਾਂ ਦੀ ਮਦਦ ਨਾਲ ਫਿਰਕੂ ਰੰਗਤ ਦਿੱਤੀ ਗਈ ਸੀ ਫਿਰ ਹਿੰਦੂਆਂ ਨੂੰ ਇਕੱਠਿਆਂ ਕਰਕੇ ਸਿੱਖਾਂ ਤੇ ਹਮਲਾ ਕੀਤਾ ਗਿਆ ਮੇਰੀ ਕਹਿਣ ਦਾ ਮਤਲਬ ਹੈ ਕਿ ਕੋਈ ਵੀ ਇਸ ਮਸਲੇ ਨੂੰ ਹਵਾ ਦਵੇ ਅੰਤ ਨੂੰ ਮਾਰ ਤਾਂ ਸਿੱਖਾਂ ਨੂੰ ਹੀ ਪੈਣੀ ਹੈ ਜਿਵੇਂ ਹਮੇਸ਼ਾ ਪੈਂਦੀ ਆਈ ਹੈ ਭਾਵੇਂ ਕਿ ਸਿੱਖਾਂ ਨੇ ਹਮੇਸ਼ਾ ਇਨਸਾਫ ਲਈ ਆਵਾਜ਼ ਬੁਲੰਦ ਕੀਤੀ ਹੈ ਕੋਈ ਵੀ ਹਿੰਦੂ ਜਾਂ ਸਿੱਖ ਦੀ ਗੱਲ ਕਰਦਾ ਹੈ ਸਾਨੂੰ ਸਿੱਖਾਂ ਨੂੰ ਉਸ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਇਸ ਲਈ ਨਹੀਂ ਕਿ ਅਸੀਂ ਡਰਦੇ ਹਾਂ ਬਲਕਿ ਇਸ ਲਈ ਕਿ ਅਸੀਂ ਅਜੇ ਤਿਆਰ ਨਹੀਂ ਹਾਂ ਕਿ ਇਹ ਸਾਨੂੰ ਸਿਰਫ ਉਕਸਾਰੇ ਹਨ ਤੇ ਬਾਅਦ ਚ ਸਾਡੇ ਤੇ ਹਮਲਾ ਕਰਕੇ ਉਸ ਨੂੰ ਜਾਇਜ਼ ਠਹਿਰਾਉਣਗੇ ਮੈਂ ਦੋ ਅਖਬਾਰਾਂ ਨੂੰ ਲੈਟਰਸ ਟੂ ਦਾ ਐਡੀਟਰ ਕਾਲਮ ਚ ਕਾਲਮ ਚ ਚਿੱਠੀਆਂ ਲਿਖੀਆਂ ਪਰ ਉਹਨਾਂ ਨੇ ਕਦੇ ਛਾਪੀਆਂ ਨਹੀਂ ਮੈਨੂੰ ਪਤਾ ਸੀ ਪਰ ਫਿਰ ਵੀ ਮੈਂ ਲਿਖਿਆ ਐਸਵਾਈਐਲ ਤੇ ਰਿਐਕਸ਼ਨ ਦੇਖ ਕੇ ਇੰਜ ਲੱਗਦਾ ਹੈ ਕਿ ਲੋਕਾਂ ਨੂੰ ਇਸ ਬਾਰੇ ਜ਼ਿਆਦਾ ਪਤਾ ਨਹੀਂ ਜਾਂ ਫਿਰ ਜ਼ਿਆਦਾਤਰ ਅਖਬਾਰ ਇਸ ਬਾਰੇ ਵੇਰਵੇ ਨਾਲ ਨਹੀਂ ਲਿਖਦੇ ਆਨਲਾਈਨ ਵੀਡੀਓਜ਼ ਦੀ ਪਹੁੰਚ ਵੀ ਘਟ ਹੈ ਕਿਉਂਕਿ ਇੱਥੇ ਇੰਟਰਨੈਟ ਮਹਿੰਗਾ ਹੈ ਅਤੇ ਸਲੋ ਹੈ ਮੈਨੂੰ ਲੱਗਦਾ ਹੈ ਕਿ YouTube ਦੀਆਂ ਆਡੀਓ ਫਾਈਲਜ਼ ਜ਼ਿਆਦਾ ਲੋਕਾਂ ਤੱਕ ਪਹੁੰਚ ਕਰ ਸਕਦੀਆਂ ਹਨ ਥੋੜੇ ਸਮੇਂ ਵਿੱਚ ਮੈਂ ਸੋਚ ਰਹੀ ਹਾਂ ਕਿ ਇਸ ਮੁੱਦੇ ਤੇ ਪੰਜਾਬ ਵਿੱਚ ਵਸਦੇ ਹੋਰ ਭਾਈਚਾਰੇ ਆਪਣੀ ਆਵਾਜ਼ ਕਿਉਂ ਬੁਲੰਦ ਨਹੀਂ ਕਰ ਰਹੇ ਸਿੱਖਾਂ ਨੂੰ ਕਦੇ ਇਸ ਮਸਲੇ ਨੂੰ ਫਿਰਕੂ ਨਹੀਂ ਬਣ ਦੇਣਾ ਚਾਹੀਦਾ ਸਾਰੀਆਂ ਪਾਰਟੀਆਂ ਵੀ ਇਕੱਠੇ ਹੋਣਾ ਚਾਹੀਦੀਆਂ ਹਨ ਜਾਗਰੂਕਤਾ ਫੈਲਾਉਣੀ ਚਾਹੀਦੀ ਹੈ ਪਾਣੀ ਦੀ ਕਮੀ ਦਾ ਪਹਿਲਾ ਤੇ ਸਿੱਧਾ ਅਸਰ ਪੇਂਡੂ ਕਿਸਾਨਾਂ 'ਤੇ ਪਵੇਗਾ ਪਰ ਅੰਤ ਨੂੰ ਸਾਰੇ ਹੀ ਇਸ ਦੀ ਲਪੇਟ ਵਿੱਚ ਆਉਣਗੇ Hindu Bhai Chara ਜਿਹੜਾ ਵਪਾਰ ਅਤੇ ਉਦਯੋਗ ਚਲਾ ਰਿਹਾ ਹੈ ਪੰਜਾਬ ਵਿੱਚ ਉਸ ਨੂੰ ਬਿਜਲੀ ਦੀ ਘਾਟ ਚੱਲਣੀ ਪਵੇਗੀ ਕੀ ਉਹ ਪੰਜਾਬ ਛੱਡ ਕੇ ਬਾਹਰਲੇ ਸੂਬਿਆਂ ਵਿੱਚ ਜਾ ਕੇ ਆਪਣੇ ਬਿਜ਼ਨਸ ਸਥਾਪਿਤ ਕਰਨਗੇ ਫਿਰ ਉਹਨਾਂ ਦਾ ਹਸ਼ਰ ਹਰਿਆਣਾ ਦੇ ਪੰਜਾਬੀ ਹਿੰਦੂਆਂ ਮੰਗ ਹੋਵੇਗਾ ਪਾਣੀ ਲਈ ਲੜਾਈਆਂ ਹੋਣਗੀਆਂ ਫਿਰ ਸ਼ਹਿਰਾਂ ਵਿੱਚ ਲੋਕ ਪਾਣੀ ਦੇ ਟੈਂਕਰਾਂ ਪਿੱਛੇ ਭੱਜਣਗੇ ਕਤਲ ਤੱਕ ਹੋਣਗੇ ਪਾਣੀ ਲਈ ਸਭ ਖਤਮ ਹੋ ਜਾਵੇਗਾ ਧੰਨਵਾਦ ਜੀ ਡਾਕਟਰ ਸਾਹਿਬ ਪੰਜੀ ਸੁਖਮਨ ਕੌਰ ਜੀ ਦਾ ਬਹੁਤ-ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਚੰਡੀਗੜ੍ਹ ਤੋਂ ਲਿਖੇ ਜੀ ਉਹਨਾਂ ਦੀ ਹਰ ਲਿਖਤ ਹੀ ਬੜੀ ਗਿਆਨ ਭਰਪੂਰ ਵੀ ਹੁੰਦੀ ਹੈ ਫੋਰਸ ਵੀ ਕਰਦੇ ਨੇ ਸਿਆਸੀ ਤੌਰ ਤੇ ਕਿ ਕਿਸ ਮਸਲੇ ਦੇ ਕੀ ਜਿਹੜੇ ਨੇ ਪ੍ਰਭਾਵ ਹੋਣਗੇ ਹਾਂ ਪੱਕੀ ਨਾ ਪੱਕੀ ਜੀ ਔਰ ਅੱਜ ਦੀ ਲਿਖਤ ਦਾ ਉਹਨਾਂ ਦਾ ਮੁੱਖ ਵਿਸ਼ਾ ਇਹੀ ਹੈ ਕਿ ਸਤਲੁਜ ਯਮਨਾ ਲਿੰਕ ਨਹਿਰ ਦੇ ਮੁੱਦੇ ਨੂੰ ਫਿਰਕੂ ਮੁੱਦਾ ਨਾ ਬਣਾਇਆ ਜਾਏ ਹਿੰਦੂ ਸਿੱਖੀ ਸ਼ੂ ਨਾ ਬਣਾਇਆ ਜਾਏ ਔਰ ਜਿਹੜਾ ਕੋਈ ਬਣਾਉਣ ਦੀ ਕੋਸ਼ਿਸ਼ ਵੀ ਕਰਦਾ ਹੈ ਉਸ ਤੋਂ ਸਾਵਧਾਨ ਰਿਹਾ ਜਾਏ ਔਰ ਉਹਨਾਂ ਦਾ ਕਹਿਣਾ ਹੈ ਵੀ ਇਸ ਦਾ प्रभावे ਹੋਏਗਾ ਕਿ ਵੀ ਸਾਨੂੰ ਕੁੱਟਣਾ ਉਹਨਾਂ ਲਈ ਸੌਖਾ ਹੋ ਜਾਏਗਾ ਔਰ ਅਸੀਂ ਅਜੇ ਤਿਆਰ ਨਹੀਂ ਆ ਆਪਣੇ ਆਪ ਨੂੰ ਡਿਫੈਂਡ ਕਰਨ ਲਈ ਜੀ ਫਿਰ ਉਹਨੇ ਕਿਹਾ ਕਿ ਵੀ ਜਿਵੇਂ ਇਮੀਡੀਏਟ ਬੀਤੇ ਦੀਆਂ ਘਟਨਾਵਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦੀਆਂ ਘਟਨਾਵਾਂ ਨੂੰ ਵੀ ਫਿਰਕੂ ਬਣਾ ਦਿੱਤਾ ਗਿਆ ਜਿਵੇਂ ਬਾਦਲਾਂ ਨੇ ਸਦ ਭਾਵਨਾ ਰੈਲੀਆਂ ਕਰਕੇ ਇਸ ਨੂੰ ਹਿੰਦੂ ਸਿੱਖੀ ਸ਼ੁਭਰਾਣ ਦੀ ਕੋਸ਼ਿਸ਼ ਕੀਤੀ ਹਾਲਾਂ ਉਹਦਾ ਕੋਈ ਆਧਾਰ ਨਹੀਂ ਸੀ ਫਿਰ ਸੰਤ ਪੰਡਾ ਵਾਲਿਆਂ ਦੇ ਜਨਮ ਦਿਨ ਮੌਕੇ ਪੋਸਟਰ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਨਾਲ ਜੋੜਿਆ ਗਿਆ ਔਰ ਬਾਅਦਪਾਂ ਉਹਨੇ ਡਿਨਾਈ ਕੀਤਾ ਇਹਨੂੰ ਵੀ ਇੱਕ ਸਿਆਸੀ ਜੰਗ ਬਣਾ ਦਿੱਤਾ ਗਿਆ ਔਰ ਉਹਨੇ ਕਿਹਾ ਕਿ ਵੀ ਇਹ ਜਿਹੜਾ ਸਾਰਾ ਪਾਰਟ ਹੈ ਇਹ ਸਾਨੂੰ ਨੁਕਸਾਨ ਰਹੇ ਨੇ ਜੀ ਔਰ ਫਿਰ ਸਾਡੇ ਤੇ ਹਮਲਾ ਕਰਨ ਗਿਆ ਆਪਣਾ ਉਹਨੇ ਕਿਹਾ ਵੀ ਜੇ ਉਹਨੇ ਜ਼ਾਹਰ ਹੈ ਵੀ ਜੋ ਸਾਨੂੰ ਲਿਖਿਆ ਇਸੇ ਲਾਈਨ ਤੇ ਉਹਨੇ ਲੈਟਰ ਟੂ ਦਾ ਐਡੀਟਰ ਵੀ ਲਿਖਿਆ ਹੋਣਗੇ ਇਹਨੂੰ ਨਾਨ ਕਮਿਊਨਲ ਐਂਗਲ ਤੋਂ ਦੇਖਦੇ ਆ ਕਿ ਭਾਈ ਇਹ ਤਾਂ ਪੰਜਾਬ ਦੀ ਖਰਤੀ ਦਾ ਮਸਲੇ ਔਰ ਜੇ ਪਾਣੀ ਨਹੀਂ ਰਹੇਗਾ ਐਗਰੀਕਲਚਰ ਨਹੀਂ ਹੋਏਗਾ ਪਹਿਲਾਂ ਹੀ ਕਿਸਾਨ ਖੁਦਕਸ਼ੀਆਂ ਕਰ ਰਹੇ ਨੇ ਔਰ ਇਹ ਸਾਰੇ ਦੇਸ਼ ਦੀ ਆਰਥਿਕਤਾ ਨੂੰ ਵੀ ਜਿਹੜਾ ਪ੍ਰਭਾਵਿਤ ਕਰੇਗਾ ਬਰੈਡ ਬਾਸਕਟ ਜਿਹੜਾ ਪੰਜਾਬ ਨੂੰ ਬਣਾਇਆ ਹੋਇਆ ਜੀ ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਇਹਦੇ ਬਾਰੇ ਲੋਕਾਂ ਨੂੰ ਜਾਣਕਾਰੀ ਨਹੀਂ ਹੈ ਜਾਣਕਾਰੀ ਜੇ YouTube ਤੋਂ ਮਿਲਦੀ ਹੈ ਤੇ ਜਿਹੜੀਆਂ ਵੀਡੀਓਜ਼ ਨੇ ਉਹਨਾਂ ਉੱਤੇ ਸਲੋਨ ਕਰਕੇ ਨਹੀਂ ਹੈ ਆਡੀਓ ਜਿਹੜੀ ਹੈ ਉਹ ਜ਼ਿਆਦਾ ਕੀਤਾ ਜਾਏ ਫਿਰ ਉਹਨੇ ਆਪ ਵੀ ਸਵਾਲ ਕੀਤਾ ਹੈ ਵੀ ਹੋਰ ਭਾਈਚਾਰਿਆਂ ਦੇ ਲੋਕ ਜਿਹੜੇ ਨੇ ਜ਼ਾਹਰ ਹੈ ਪੰਜਾਬ ਚ ਉਸ ਤੋਂ ਬਾਅਦ ਹਿੰਦੂ ਨੇ ਔਰ ਮੁਸਲਮਾਨ ਵੀ ਥੋੜੀ-ਬਹੁਤ ਗਿਣਤੀ ਹੈ ਇਸਾਈ ਨੇ ਜੀ ਪਰ ਮੇਨ ਮਾਈਨੋਰਟੀ ਹਿੰਦੂ ਨੇ ਕਿ ਵੀ ਉਹ ਜਾਗਰੂਕ ਕਿਉਂ ਨੇ ਜਾਗਰੂਕ ਕਿਉਂ ਨਹੀਂ ਨੇ ਔਰ ਫਿਰ ਉਹਨਾਂ ਨੇ ਜਿਹੜੇ ਕਾਂਸਿਕਵੈਂਸਸ ਹੋਣਗੇ ਪਾਣੀਆਂ ਦੀ ਇਸ ਫਰਦਰ ਰੁੱਟ ਦੇ ਉਹਨਾਂ ਨੇ ਕਿਹਾ ਵੀ ਬੇਸ਼ੱਕ ਪਹਿਲਾ ਪ੍ਰਭਾਵ ਪਿੰਡੂ ਸਿੱਖ ਕਿਸਾਨ ਜਾਂ ਪਿੰਡੂ ਕਿਸਾਨ ਕਬੂਲੇਗਾ ਉਸ ਦਾ ਪਰ ਇਸ ਤੋਂ ਜਿਹੜੇ ਦੂਜੇ ਸੈਕਟਰ ਨੇ ਵਪਾਰ ਹੈ, ਟਰੇਡਰ ਹੈ, ਔਰ ਉਦਯੋਗ ਹੈ, ਇੰਡਸਟਰੀ ਹੈ, ਉਹ ਵੀ ਬਚ ਨਹੀਂ ਸਕਣਗੇ। ਔਰ ਇਹ ਕਿਉਂਕਿ ਵਪਾਰ ਔਰ ਇੰਡਸਟਰੀ ਬਹੁਤ ਹੀ ਹਿੰਦੂਆਂ ਦੇ ਕੋਲ ਹੈ, ਉਹਨਾਂ ਨੇ ਉਹਨਾਂ ਨੂੰ ਯਾਦ ਵੀ ਕਰਵਾਇਆ ਕਿ ਭਾਈ ਫਿਰ ਹਰਿਆਣਾ 'ਚ ਤੁਸੀਂ ਦੇਖ ਹੀ ਲਿਆ ਪੰਜਾਬੀਆਂ ਦੇ ਨਾਲ ਕੀ ਹੋਇਆ ਹੈ। ਜੀ। ਔਰ ਉਹਨਾਂ ਨੇ ਕਿਹਾ ਕਿ ਬਈ ਫੇਰ ਇਹਦੇ ਤੇ ਹੀ ਟੈਂਕਰਾਂ ਦੇ ਪਿੱਛੇ ਭੱਜੇ ਫਿਰੋਗੇ, ਲੜਾਈਆਂ ਹੋਣਗੀਆਂ, ਕਤਲ ਵੀ ਹੋਣਗੇ। ਇਹ ਬਿਲਕੁਲ ਠੀਕ ਸਿਨੈਰੀਓ ਹੈ। ਇਹਦੇ 'ਚ ਜਿਹੜੀ ਗੱਲ ਨਾਲ ਮੈਂ ਡਿਸਐਗਰੀ ਕਰਦਾ ਹਾਂ, ਦੇਖੋ ਕਦੇ ਵੀ ਸਿੱਖਾਂ ਨੇ ਪਾਵੇਂ ਉਹ ਧਰਮ ਯੁੱਧ ਮੋਰਚਾ ਸੀ ਪਾਣੀਆਂ ਦਾ ਮੁੱਦਾ ਪਾਣੀਆਂ ਦਾ ਮੁੱਦਾ ਸੀ ਕੋਈ ਐਜੀਟੇਸ਼ਨ ਔਰ ਜਿਹਦੇ ਚ ਸੰਤਪਿੰਡਾ ਵਾਲਿਆਂ ਦਾ ਨਾਮ ਬਹੁਤ ਵਾਰੀ ਘੜੀਸ ਕੇ ਉਹਨਾਂ ਨੂੰ ਐਂਟੀ ਹਿੰਦੂ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਫੋਕਸ ਹਮੇਸ਼ਾ ਹੀ ਐਂਟੀ ਸਟੇਟ ਰਿਹਾ ਔਰ ਜੇ ਅਸੀਂ ਈਵਨ 47 ਤੋਂ ਬਾਅਦ ਦੇ ਮੋਰਚੇ ਵੀ ਦੇਖੀਏ ਜਦੋਂ ਕਿ ਮਾਸਟਰ ਤਾਰਾ ਸਿੰਘ ਔਰ ਦੂਸਰੇ ਲੀਡਰਸ ਜਿਹੜੇ ਨੇ ਅਕਾਲੀ ਦਲ ਦੇ ਉਹਨਾਂ ਨੇ ਪੰਜਾਬੀ ਸੂਬਾ ਮੋਰਚਾ ਲੀਡ ਕੀਤਾ ਜੀ ਤੇ ਉਹਨਾਂ ਦੀ ਉਹਨਾਂ ਜ਼ਮਾਨਿਆਂ 'ਚ ਵੀ ਮੈਂ ਜਦੋਂ ਵੀ ਕਦੇ ਪੁਰਾਣੇ ਉਸ ਪੀਰੀਅਡ ਦੇ ਕੋਈ ਅਖਬਾਰ ਜਾਂ ਕਿਤਾਬਾਂ ਦੇਖਦਾ ਹਾਂ ਤੇ ਉਹ ਤਾਂ ਹਮੇਸ਼ਾ ਇਹ ਕਹਿੰਦੇ ਹੁੰਦੇ ਸੀ ਜੀ ਇਸ ਮੁੱਦੇ ਦੇ ਉੱਤੇ ਤੁਸੀਂ ਜੈ ਪ੍ਰਕਾਸ਼ ਨਾਰਾਇਣ ਨੂੰ ਸਾਲਸ ਬਣਾ ਲਓ ਆਰਬਿਟਰੇਟਰ ਕਰਾਰ ਬਣਾ ਲਓ ਜਾਂ ਰਾਜ ਗੁਪਾਰਾਚਾਰੀ ਨੂੰ ਆਰਬਿਟਰੇਟਰ ਕਰਾ ਲਓ ਅਸੀਂ ਤੁਸੀਂ ਕਮਿਸ਼ਨ ਬਣਾ ਦਿਓ ਦੋ ਨਾਂ ਤੁਸੀਂ ਦਿਓ ਦੋ ਅਸੀਂ ਦਿਆਂਗੇ ਅਸੀਂ ਵੀ Hindu ਹੀ ਉਹਦੇ ਚ ਨਾਂ ਦੇਾਂਗੇ ਜੀ ਸੋ ਇਜ਼ਾਰ ਹੈ ਕਿ ਪੰਜਾਬੀ ਸੂਬਾ ਮੋਰਚਾ ਕੋਈ ਫਿਰਕੂ ਕੋਈ ਸਿੱਖ ਸੂਬੇ ਦੀ ਤਾਂ ਗੱਲ ਨਹੀਂ ਸੀ ਲੇਕਿਨ ਇਹਦੇ ਬਾਵਜੂਦ ਜਿਹੜੀ ਕਮਿਊਨਿਟੀ ਪੰਜਾਬ ਦੇ ਵਿੱਚ ਅੱਜ ਵੀ ਜਿਹਦਾ ਪੰਜਾਬ ਦੇ ਨਾਲ ਹਿੱਤ ਜਿਹੜਾ ਉਹ ਉਹ ਨਹੀਂ ਮੰਨਦੇ ਉਹਨਾਂ ਦੀ ਲਾਇਲਟੀ ਦਿੱਲੀ ਦੇ ਨਾਲ ਜਾਂ ਚਲੋ ਸ਼ਾਇਦ ਹਰਿਆਣੇ ਦੇ ਇਸ ਜਿਹੜਾ ਬਦਕਿਸਮਤ ਪਾਵੇਂ ਐਕਸਪੀਰੀਅੰਸ ਹੈ ਉਸ ਨੂੰ ਜੇ ਸਬਕ ਲੈ ਲੈਣ ਅਦਰਵਾਈਜ਼ ਪੰਜਾਬੀ ਜ਼ਬਾਨ ਦੀ ਥਾਂ ਤੇ ਆਪਣੀ ਮਾਂ ਬੋਲੀ ਹਿੰਦੀ ਲਖਾਣੀ ਬਦ ਦੇ ਅੰਤ ਤੀ ਉਦੋਂ ਤਾ ਜੇ ਪਿੰਡਾਲੇ ਨਹੀਂ ਸੀ ਆਏ ਕੋਈ ਕਹੇ ਜੀ ਉਹਨਾਂ ਨੇ ਨਫਰਤ ਫਰਿਆਦ ਦੀ ਜੂਨ 84 ਤੋਂ ਪਹਿਲਾਂ ਇਹ ਹੋ ਗਿਆ ਕਤਲ ਹੋ ਗਿਆ ਜੀ ਸੋ ਇਹ ਸਭ ਹੋ ਬਦਕਿਸਮਤੀ ਇਹ ਹੈ ਕਿ ਜੇ ਸਾਡੇ ਪੰਜਾਬੀ ਹਿੰਦੂ ਵੀਰ ਪੈਣਾ ਪੰਜਾਬ ਦੇ ਨਾਲ ਪੰਜਾਬ ਦੇ ਹਿੱਤਾਂ ਨੂੰ ਪਰਣਾਏ ਹੁੰਦੇ ਪੰਜਾਬ ਦੇ ਨਾਲ ਉਹਨਾਂ ਦੀ ਮੁਹੱਬਤ ਪਿਆਰ ਹੁੰਦਾ ਤੇ ਫਿਰ ਇਹ ਗੱਲ ਬੋਲੀ ਤੋਂ ਹੀ ਜੇ ਨਾ ਉਹ ਆਪਣੀ ਬੋਲੀ ਹਿੰਦੀ ਲਖਾਂਦੇ ਉਹ ਏਰੀਏ ਜਿੱਥੇ ਅੱਜ ਉਹਨਾਂ ਨੂੰ ਹਿੰਦੀ ਸਪੀਕਿੰਗ ਕਹਿ ਕੇ ਹਰਿਆਣੇ ਨੂੰ ਜਾਂ ਹਿਮਾਚਲ ਨੂੰ ਦੇ ਦਿੱਤਾ ਗਿਆ ਉਹ ਪੰਜਾਬ ਦਾ ਹਿੱਸਾ ਹੁੰਦੇ ਤੇ ਇਵਨ ਇਸ ਪੰਜਾਬ ਦੇ ਵਿੱਚ ਵੀ ਸਿੱਖਾਂ ਦੀ ਬਹੁ ਗਿਣਤੀ ਨਹੀਂ ਸੀ ਹੋਣੀ ਔਰ ਇਹ ਇਸ਼ੂ ਹੀ ਨਹੀਂ ਸੀ ਰਹਿਣਾ ਮੰਗਤਾ ਹੀ ਇਨੀਕ ਸੀ ਨਾ ਕਿ ਭਾਈ ਜੇ ਬਾਕੀ ਬੋਲੀਆਂ ਦੇ ਆਧਾਰਿਤ ਸੂਬੇ ਬਣੇ ਨੇ ਇੱਕ ਸੂਬਾ ਜਿੱਥੇ ਪੰਜਾਬੀ ਜ਼ੁਬਾਨ ਜਿਹੜੀ ਹੈ ਉਹ ਸਟੇਟ ਲੈਂਗੁਏਜ ਹੋ ਇਨੀ ਇੱਕ ਮੰਗ ਸੀ ਲੇਕਨ ਉਸ ਨੂੰ ਕਿਵੇਂ ਫਿਰਕੂ ਬਣਾਇਆ ਇਸੇ ਤਰ੍ਹਾਂ ਫਿਰ ਅਸੀਂ ਧਰਮ ਯੁੱਧ ਮੋਰਚੇ ਦੇ ਵੇਲੇ ਦੇਖਦੇ ਹੁਣ ਉਹਨਾਂ ਮੰਗਾਂ ਦੇ ਵਿੱਚ ਜਿਹੜਾ ਅਨੰਦਪੁਰ ਦਾ ਮਤ ਹੈ ਅਨੰਦਪੁਰ ਦਾ ਮਤਾ ਦਾ ਕੋਈ ਫਿਰਕੂ ਮਤਾ ਨਹੀਂ ਸੀ ਅੱਜ ਵੀ ਨਹੀਂ ਹੈ ਮੰਗਾਈ ਸੀ ਕਿ ਸੈਂਟਰ ਆਪਣੇ ਕੋਲ ਤਿੰਨ ਚਾਰ ਮਹਿਕਮੇ ਰੱਖੇ ਬਾਕੀ ਸਾਰੇ ਸੂਬਿਆਂ ਨੂੰ ਦੇ ਔਰ ਇਹਦੇ باوجود ਕਿ ਸਿੱਖਾਂ ਨੇ ਐਮਰਜੈਂਸੀ ਦੇ ਖਿਲਾਫ ਮੋਰਚਾ ਲਾਇਆ 44-45 ਹਜ਼ਾਰ ਸਿੱਖਾਂ ਨੇ ਗ੍ਰਿਫਤਾਰੀ ਦਿੱਤੀ ਹਮੇਸ਼ਾ ਹਰ ਮੰਗ ਜਿਹੜੀ ਅਕਾਲੀਆਂ ਦੀ ਰਹੀ ਉਹਦੇ ਵਿੱਚ ਉਹਨਾਂ ਨੇ ਉਹਨੂੰ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਲੇਕਿਨ ਇਹ ਫਿਰਕੂ ਬਣਾ ਦਿੰਦੇ ਰਹੇ ਔਰ ਹੁਣ ਅਸੀਂ ਸਮਝਦੇ ਹਾਂ ਵੀ ਇਹ ਨਹੀਂ ਹੈ ਵੀ ਉਹਨਾਂ 'ਚ ਜਾਗਰੂਕਤਾ ਨਹੀਂ ਹੈ ਪਰ ਜੇ ਤੁਹਾਡੀ ਲਾਇਲਟੀ ਕਿਤੇ ਹੋਰ ਲਾਈ ਕਰਦੀ ਹੈ ਤੇ ਤੁਸੀਂ ਕੀ ਕਰ ਸਕਦੇ ਹੋ ਜੋ ਕਰਤੂਤ ਨਰਿੰਦਰ ਮੋਦੀ ਸਰਕਾਰ ਨੇ ਸੁਪਰੀਮ ਕੋਰਟ 'ਚ ਕੀਤੀ ਔਰ ਹੁਣ ਵੀ ਬੇਸ਼ੱਕ ਪੰਜਾਬ ਅਸੈਂਬਲੀ ਨੇ ਯੂਨੀਨਿਮਸਲੀ ਪਾਸ ਕੀਤਾ ਉਹਦੇ 'ਚ ਭਾਜੀਪੀ ਦੂਜਾ ਪਹਿਲਾਂ ਵੀ ਜਦੋਂ ਕਾਂਗਰਸ ਦਾ 2004 ਜਿਹੜਾ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟ ਸੈਕ ਯੂਨੀਨਮਸ ਸੀ ਹੁਣ ਜਿਹੜਾ ਸੈਂਟਰ ਦਾ ਨਾਮਿਨੇਟਡ ਗਵਰਨਰ ਐ ਸੁਲੰਕੀ ਹਰਿਆਣਾ ਉਹਦੇ ਫਾਈਲ ਦੇ ਉੱਤੇ ਬਹਿ ਗਿਆ ਉਹਨੇ ਕਿਹਾ ਕਿ ਜੀ ਮੈਂ ਉਹਨੇ ਹੋਲਡ ਕਰ ਲਿਆ ਕਿ ਮੈਂ ਦੇਖਾਂਗਾ ਜੀ ਕੀ ਆ ਦੇਖਣਾ ਕੀ ਆ ਮੋਦੀ ਨੂੰ ਪੁੱਛਣਾ ਤੇ ਮੋਦੀ ਸਰਕਾਰ ਆਲਰੇਡੀ ਹਰਿਆਣਾ ਦੇ ਹੱਥ ਚ ਦੇ ਚੁੱਕੀ ਆ ਸੋ ਮੈਨੂੰ ਨਹੀਂ ਲੱਗਦਾ ਕਿ ਗਵਰਨਰ ਇਮੀਡੀਏਟ ਟਾਈਮ ਹੁਣ ਇਸ ਸਾਰੇ ਤੋਂ ਬਾਅਦ ਸੈਂਟਰ ਫੇਰ ਸੱਦ ਕੇ ਸਮਝੌਤੇ ਦੇ ਨਾਂ ਥੱਲੇ ਪੰਜਾਬ ਨੂੰ ਪ੍ਰੈਸ ਕਰਨ ਦੀ ਕੋਸ਼ਿਸ਼ ਕਰੇਗੇ ਹਾਲਾਂਕਿ ਆਕਾਲੀਆਂ ਨੇ ਐਲਾਨ ਕੀਤਾ ਜੇ ਅਸੀਂ ਫਿਲ ਕਰਾਂਗੇ ਵਰਕਰ ਨਹਿਰ ਨੂੰ ਇਹ ਉਹ ਕਰਨਗੇ ਪਰ ਇਸ ਸਾਰੇ ਦਾ ਇਹ ਪ੍ਰਭਾਵ ਜ਼ਰੂਰ ਹੈ ਹਾਲਾਂਕਿ ਸਾਡੇ ਨਿਊਜ਼ ਐਂਕਰ ਵੀ ਅਸੀਂ ਆਪਣੇ ਪ੍ਰੋਗਰਾਮ 'ਚ ਵੀ ਕੇਜਰੀਵਾਲ ਬਾਰੇ ਕਹਿੰਦੇ ਰਹੇਗੇ ਜੀ ਸਟੇਟ ਲੀਡਰ ਕਹਿ ਰਹੇ ਨੇ ਕੇਜਰੀਵਾਲ ਨਹੀਂ ਬੋਲਦਾ ਐਸੋ ਆਈ ਐਲ ਕਨਾਲ ਤੇ ਚਲੋ ਅੱਜ ਦੀ ਇੱਕ ਪੋਜ਼ਿਟਿਵ ਡਿਵੈਲਪਮੈਂਟ ਹੈ ਔਰ ਇਹਦੇ ਦਾ ਸਾਨੂੰ ਕ੍ਰੈਡਿਟ ਦੇਣਾ ਚਾਹੀਦਾ ਹੈ ਵੀ ਕੇਜਰੀਵਾਲ ਨੇ ਵੀ ਦੇਖਿਆ ਵੀ ਗੇਮ ਮੁੱਕ ਗਈ ਹੁਣ ਜਿਸ ਹੱਦ ਤੱਕ ਗੱਲ ਚੱਲੀ ਗਈ ਕਿ ਭਾਈ ਕਿਸਾਨਾਂ ਨੂੰ ਜਵੇਂ ਬਾਦਲ ਨੇ ਖੁਦ ਹੀ ਕਿਹਾ ਹੈ ਕਿ ਨਾਰੇ ਬਾਸ ਨਾ ਵਜੇ ਬੰਸਰੀ ਕਿ ਵੀ ਜਮੀਨ ਦੇ ਜਿਵੇਂ ਖਜ਼ਾਨਾ ਉਹਦੇ ਕੱਢ ਲੋਣਾ ਹੈ ਜੀ ਸੋ ਹੁਣ ਕੇਜਰੀਵਾਲ ਨੇ ਕਿਹਾ ਜੀ ਪੰਜਾਬ ਦੇ ਕੋਲ ਤਾਂ ਪਾਣੀ ਨਹੀਂ ਹੈ ਦੇਣ ਨੂੰ ਪੰਜਾਬ ਕਿੱਥੋਂ ਸਾਰਾ ਸੋਇਲ ਕਨਾਲ ਬਣਾ ਦੇ ਚਲੋ ਸਿਆਸੀ ਬੰਦਾ ਹੈ ਉਹਨੂੰ ਲੱਗਾ ਕਿ ਭਾਈ ਹੁਣ ਕਹਿਣ ਨਾਲ ਹੋਈ ਨਹੀਂ ਹੁਣ ਤਾਂ ਗੱਲ ਹੀ ਮੁੱਕ ਗਈ ਹੈ ਪਰ ਅਜੇ ਇਹਨਾਂ ਨੇ ਜਿਹੜਾ ਕੁਛ ਨਾ ਕੁਛ ਹੋਰ ਰੇੜਕਾ ਪਾਉਣਾ ਹੈ ਰੈਂਡ ਦੇ ਵਿੱਚ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਅਲਟੀਮੇਟਲੀ ਜੇ ਪੰਜਾਬ ਦਾ ਪਾਣੀ ਜਿਹੜਾ ਉਹ ਇਸੇ ਤਰ੍ਹਾਂ ਖੋਇਆ ਜਾਂਦਾ ਰਹੇ ਤੇ ਫੇਰ ਪੀਣ ਵਾਲਾ ਪਾਣੀ ਵੀ ਟੈਂਕਰਾਂ ਚ ਆਏਗਾ ਪਾਣੀਆਂ ਪਿੱਛੇ ਕਤਲ ਹੁੰਦੇ ਰਹੇ ਨੇ 47 ਤੋਂ ਪਹਿਲਾਂ ਦਾ ਦੌਰ ਤੁਸੀਂ ਦੇਖੋ ਨਹਿਰ ਦਾ ਪਾਣੀ ਨਹਿਰੀ ਜਦੋਂ ਪਾਣੀ ਸੀ ਵੜ ਲਿਆ ਇੱਧਰ ਹੋ ਗਿਆ ਉੱਧਰ ਹੋ ਗਿਆ ਪਹਿਲਾਂ ਵੜ ਲਿਆ ਮੇਰਾ ਵੀ ਟਾਈਮ ਪਿੱਛੋਂ ਸੀ ਮਰਡਰ ਮੌਕੇ ਤੇ ਹੋ ਜਾਂਦੇ ਸੀ ਜੀ ਔਰ ਉਹਨਾਂ ਨੇ ਕਿਹਾ ਕਿ ਵੀ ਜੇ ਉਸ ਸਥਿਤੀ ਵਾਲਾ ਆਣਾ ਹੈ ਤਾਂ ਵੱਖਰੀ ਗੱਲ ਹੈ ਸੋ ਅਸੀਂ ਸਮਝਦੇ ਹਾਂ ਕਿ ਵੀ ਇਸ ਮੁੱਦੇ ਤੇ ਸੱਚਮੁੱਚ ਹੀ ਸਾਡੀ ਲਾਈਫਲਾਈਨ ਹੈ ਪਾਣੀ ਔਰ ਕਿਸੇ ਹੱਦ ਤੱਕ ਵੀ ਸਾਨੂੰ ਜਾ ਕੇ ਆਪਣੇ ਪਾਣੀਆਂ ਨੂੰ ਡਿਫੈਂਡ ਕਰਨ ਦੀ ਲੋੜ ਹੈ ਸੁਪਨ ਜੀ ਸੁਖਮਨ ਕੌਰ ਜੀ ਦਾ ਬਹੁਤ ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਲਿਖਿਆ ਜੀ ਦਾ ਸਾਥ ਰਣੇ ਬ੍ਰੇਕ ਈਵਰਸ ਦਸਾਣਾ ਇਸ ਤਰ੍ਹਾਂ ਜੁੜੇ ਰਹਿਣ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ